ਸਤਿਆਕਾਲ ਮੈਂ ਖੁਸ਼ਬੂ ਲੈ ਕੇ ਹਾਜ਼ਰ ਹਾਂ ਸ਼ੋਅ ਜਿਸ ਦਾ ਨਾਮ ਹੈ ਫਿਲਮੀ ਵਰਡ ਜਿੱਥੇ ਕਿ ਅਸੀਂ ਲੈ ਕੇ ਆਉਂਦੇ ਹਾਂ ਬਾਲੀਵੁੱਡ ਬਾਲੀਵੁੱਡ ਤੇ ਹਾਲੀਵੁੱਡ ਦੇ ਅੰਦਰ ਦੀਆਂ ਖਬਰਾਂ ਅੱਜ ਵੀ ਦੱਸਾਂਗੇ ਤੁਹਾਨੂੰ ਫਿਲਮੀ ਜਗਤ ਦੇ ਅੰਦਰ ਦੀਆਂ ਖਬਰਾਂ ਤੇ ਵੀ ਦੱਸਾਂਗੇ ਕੀ ਚੱਲ ਰਿਹਾ ਤੁਹਾਡੇ ਮਨਪਸੰਦ ਸਟਾਰ ਦੀ ਜ਼ਿੰਦਗੀ ਦੇ ਵਿੱਚ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਬਾਲੀਵੁੱਡ ਤੋਂ ਸੁਪਰਸਟਾਰ ਰਜਨੀਕਾਂਤ ਹੁਣ ਆਪਣੀ ਨਵੀਂ ਫਿਲਮ ਦਰਬਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਜੀ ਹਾਂ ਇਸ ਫਿਲਮ ਦੇ ਵਿੱਚ ਉਹਨਾਂ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਇਸ ਫਿਲਮ ਦਾ ਇੱਕ ਗਾਣਾ ਵੀ ਜਾਰੀ ਕਰ ਦਿੱਤਾ ਗਿਆ ਹੈ ਦਰਬਾਰ ਫਿਲਮ ਦਾ ਗਾਣਾ ਚੁੰਮਾ ਕੀਜੀ ਰਿਲੀਜ਼ ਕੀਤਾ ਗਿਆ ਹੈ ਇਹ ਗਾਣਾ ਸੁਣਨਾ ਬਹੁਤ ਊਰਜਾਵਾਨ ਮਹਿਸੂਸ ਹੁੰਦਾ ਹੈ ਉੱਥੇ ਇਸ ਗਾਣੇ ਨੂੰ ਅਨਿਰੁੱਧ ਰਵੀਚੰਦਰ ਨੇ ਤਿਆਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦੀ ਵੀਡੀਓ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਗਾਣੇ ਦੀ ਵੀਡੀਓ ਦੇ ਵਿੱਚ ਗਾਣਾ ਬਣਾਉਣ ਸਮੇਂ ਦਾ ਸੀਨ ਦਰਸਾਇਆ ਗਿਆ ਹੈ ਉੱਥੇ ਇਹ ਗਾਣਾ ਪੂਰੀ ਤਰ੍ਹਾਂ ਦੇ ਨਾਲ ਰਜਨੀਕਾਂਤ ਤੇ ਫਿਲਮਾਇਆ ਗਿਆ ਅਤੇ ਉਸਦੇ ਕਿਰਦਾਰ ਨੂੰ ਦਰਸਾਉਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਸੁਪਰਸਟਾਰ ਰਜਨੀਕਾਂਤ ਨੇ ਧਮਾਕੇਦਾਰ ਕਮਬੈਕ ਕੀਤਾ ਹੈ ਉਹਨਾਂ ਦੀ ਆਖਰੀ ਰਿਲੀਜ਼ ਬੇਟਾ ਬਾਕਸ ਆਫਿਸ ਤੇ ਜ਼ਿਆਦਾ ਧਮਾਲ ਨਹੀਂ ਮਚਾ ਪਾਈ ਸੀ ਉਹਨਾਂ ਦੀ ਪਿਛਲੀ ਫਿਲਮ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ ਪਰ ਹੁਣ ਅਪਕਮਿੰਗ ਫਿਲਮ ਦਰਬਾਰ 'ਚ ਉਮੀਦ ਹੈ ਕਿ ਰਜਨੀਕਾਂਤ ਕੁਝ ਨਵਾਂ ਕਰਕੇ ਦਿਖਾਉਣਗੇ ਦਰਬਾਰ ਦਾ ਮੋਸ਼ਨ ਪੋਸਟਰ ਕੱਲ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਹੈ ਸੁਪਰਸਟਾਰ ਮੋਹਨ ਲਾਲ ਕਮਲ ਹਾਸਨ ਸਲਮਾਨ ਖਾਨ ਅਤੇ ਮਹੇਸ਼ ਬਾਬੂ ਨੇ ਫਿਲਮ ਦਾ ਮੋਸ਼ਨ ਪੋਸਟਰ ਲਾਂਚ ਕੀਤਾ ਦਰਬਾਰ ਮੋਸ਼ਨ ਪੋਸਟਰ ਦਾ ਰਿਐਕਸ਼ਨ ਸ਼ਾਨਦਾਰ ਰਿਹਾ ਮੋਸ਼ਨ ਪੋਸਟਰ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਰਜਨੀ ਆਪਣੇ ਡੈਕ ਮਾਰਕ ਲੁੱਕ ਦੇ ਕਾਰਨ ਬਹੁਤ ਹੀ ਸੁਰਖੀਆਂ 'ਚ ਰਹਿੰਦੇ ਹਨ ਦੱਸ ਦਈਏ ਕਿ ਦਰਬਾਰ ਫਿਲਮ ਦੇ ਡਾਇਰੈਕਟਰ ਏਆਰ ਮੁਰਗਾਦਾਸ ਹਨ ਅਤੇ ਰਜਨੀ ਫਿਲਮ ਦੇ ਵਿੱਚ ਪੁਲਿਸ ਵਾਲੇ ਦਾ ਕਿਰਦਾਰ ਨਿਭਾ ਰਹੇ ਹਨ ਇਹ ਫਿਲਮ ਲਾਇਕਾ ਪ੍ਰੋਡਕਸ਼ਨ ਦੇ ਤਹਿਤ ਪ੍ਰੋਡਿਊਸ ਕੀਤੀ ਜਾ ਰਹੀ ਹੈ ਫਿਲਮ ਦਾ ਮਿਊਜ਼ਿਕ ਅਨਿਰੁੱਧ ਰਵੀਚੰਦਰ ਨੇ ਦਿੱਤਾ ਹੈ ਰਜਨੀਕਾਂਤ ਤੋਂ ਇਲਾਵਾ ਫਿਲਮ ਦੇ ਵਿੱਚ ਨੈਨਤਾਰਾ ਨਿਵੇਥਾ ਥੌਮ ਸੁਨੀਲ ਸ਼ੈਟੀ ਅਤੇ ਬਹੁਤ ਸਾਰੇ ਕਿਰਦਾਰ ਨਜ਼ਰ ਆਉਣ ਵਾਲੇ ਹਨ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਰਜਨੀਕਾਂਤ ਇਸ ਵਾਰ ਪਰਦੇ ਤੇ ਕਿਹੋ ਜਿਹਾ ਧਮਾਲ ਮਚਾਉਂਦੇ ਹਨ ਹੁਣ ਚੱਲਦੇ ਹਾਂ ਬਾਲੀਵੁੱਡ ਦੇ ਵੱਲ ਕੈਰੀਅਮ ਜੱਟਾ ਦੇ ਨਾਲ ਬਾਲੀਵੁੱਡ ਇੰਡਸਟਰੀ ਦੇ ਵਿੱਚ ਆਪਣਾ ਅਲੱਗ ਮੁਕਾਮ ਹਾਸਲ ਕਰਨ ਵਾਲੇ ਗਿੱਪੀ ਗਰੇਵਾਲ ਨੇ ਇਸ ਫਿਲਮ ਦਾ ਸੀਕੁਅਲ ਵੀ ਬਣਾਇਆ ਸੀ ਜੋ ਕਿ ਸੁਪਰ ਹਿੱਟ ਸਾਬਿਤ ਹੋਇਆ ਸੀ ਉੱਥੇ ਇਸ ਫਿਲਮ ਦੀ ਸਫਲਤਾ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਫਿਲਮ ਦਾ ਅਗਲਾ ਭਾਗ ਬਣਾਉਣ ਦਾ ਵੀ ਫੈਸਲਾ ਕਰ ਦਿੱਤਾ ਹੈ ਜੀ ਹਾਂ ਇਸ ਗੱਲ ਦੀ ਜਾਣਕਾਰੀ ਐਕਟਰ ਤੇ ਸਿੰਗਰ ਗਿੱਪੀ ਗਰੇਵਾਲ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਸੀਰੀਜ਼ ਇੱਕ ਕਾਮੇਡੀ ਸੀਰੀਜ਼ ਹੈ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਖਾਸ ਪਿਆਰ ਦਿੱਤਾ ਗਿਆ ਹੈ ਉੱਥੇ ਇਸ ਵਾਰ ਫਿਲਮ ਦੇ ਵਿੱਚ ਕੌਣ ਕੌਣ ਹੋਵੇਗਾ ਇਹ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਗਈ ਪਰ ਉਮੀਦ ਹੈ ਕਿ ਇਹ ਫਿਲਮ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ ਬਾਲੀਵੁੱਡ ਦੇ ਬੰਗ ਪੋਲੀਵੁੱਡ 'ਚ ਵੀ ਸੀਕਵਲ ਫਿਲਮਾਂ ਦਾ ਸਿਲਸਿਲਾ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਹੈ ਪਰ ਹੁਣ ਥ੍ਰੀਕਵਲ ਫਿਲਮਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਜੀ ਹਾਂ ਹੁਣ ਪੋਲੀਵੁੱਡ 'ਚ ਕਿਸੇ ਇੱਕ ਫਿਲਮ ਦੇ ਇੱਕ ਜਾਂ ਦੋ ਨਹੀਂ ਸਗੋਂ ਤਿੰਨ ਤਿੰਨ ਪਾਰਟ ਬਣਨ ਲੱਗੇ ਹਨ ਹੁਣ ਪੰਜਾਬੀ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਆਪਣੀ ਸੁਪਰਹਿੱਟ ਫਿਲਮ ਕੈਰੀ ਔਨ ਜੱਟਾ ਦਾ ਤੀਸਰਾ ਭਾਗ ਲੈ ਕੇ ਆ ਰਹੇ ਹਨ ਇਸ ਦੀ ਜਾਣਕਾਰੀ ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਨੂੰ ਡਾਇਰੈਕਟ ਵੀ ਸਮੀਪ ਕੰਗ ਕਰ ਰਹੇ ਹਨ ਫਿਲਮ ਦੀ ਸਟਾਰਕਾਸਟ ਬਿਨੂ ਢਿੱਲੋਂ ਕਰਮਜੀਤ ਅਨਮੋਲ ਜਸਵਿੰਦਰ ਭੱਲਾ ਗੁਰਪ੍ਰੀਤ ਘੁੱਗੀ ਨਜ਼ਰ ਆ ਸਕਦੇ ਹਨ ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਹ ਜਾਣਕਾਰੀ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ ਇਸ ਫਿਲਮ 'ਚ ਹੋਰ ਵੀ ਬਹੁਤ ਕੁਝ ਦੇਖਣ ਨੂੰ ਨਵਾਂ ਮਿਲੇਗਾ ਹੁਣ ਅਗਲਾ ਅਪਡੇਟ ਹੈ ਹਾਲੀਵੁੱਡ ਤੋਂ ਤਾਈਵਾਨ ਦੇ ਜੰਪਲ ਅਦਾਕਾਰ ਅਤੇ ਮਾਡਲ ਗੋਡਫ੍ਰੇ ਗਾਓ ਦੀ ਚੀਨ ਦੇ ਵਿੱਚ ਮੌਤ ਹੋ ਚੁੱਕੀ ਹੈ ਜੀ ਹਾਂ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਟੀਵੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਸਨ ਉਸ ਸਮੇਂ ਉਹ ਅਚਾਨਕ ਡਿੱਗ ਗਏ ਅਤੇ ਉਹਨਾਂ ਦੀ ਮੌਤ ਹੋ ਗਈ 35 ਸਾਲਾ ਗੋਡਫ੍ਰੇ ਗਾਓ ਚੀਨ ਦੇ ਵਿੱਚ ਇੱਕ ਰਿਐਲਿਟੀ ਟੀਵੀ ਸ਼ੋਅ ਚੇਜ਼ ਮੀ ਦੀ ਸ਼ੂਟਿੰਗ ਕਰ ਰਹੇ ਸਨ ਉਹ ਸ਼ੋਅ ਦੇ ਵਿੱਚ ਬਤੌਰ ਗੈਸਟ ਸ਼ਾਮਲ ਹੋਏ ਸੀ ਪਰ ਅਚਾਨਕ ਕੁਝ ਅਜਿਹਾ ਹੋਇਆ ਕਿ ਉਸ ਸਮੇਂ ਸ਼ੋਅ ਦੇ ਸੈੱਟ ਤੇ ਉਹ ਡਿੱਗ ਗਏ ਤੇ ਉਹਨਾਂ ਦੀ ਮੌਤ ਹੋ ਗਈ ਉੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਗਾਓ ਦੀ ਮੌਤ ਕਾਰਡਿਕ ਅਰੈਸਟ ਦੇ ਨਾਲ ਹੋਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਮ੍ਰਿਤਕ ਦੇਹ ਨੂੰ ਵੀਰਵਾਰ ਨੂੰ ਤਾਈਵਾਨ ਵਾਪਸ ਲਿਆਇਆ ਜਾਵੇਗਾ ਜੈ ਸਟਾਰ ਐਂਟਰਟੇਨਮੈਂਟ ਦੇ ਮੁਤਾਬਕ ਗਿਰਨ ਤੋਂ ਬਾਅਦ ਐਕਟਰ ਨੂੰ ਆਨੰਦ ਫਾਨਨ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਰੀਬ 3 ਘੰਟੇ ਦੇ ਇਲਾਜ ਤੋਂ ਬਾਅਦ ਐਕਟਰ ਨੇ ਦਮ ਤੋੜ ਦਿੱਤਾ ਚੇਜ਼ ਮੀ ਦੇ ਅਧਿਕਾਰਿਕ ਅਕਾਊਂਟ ਨੇ ਬੁੱਧਵਾਰ ਨੂੰ ਇੱਕ ਬਿਆਨ ਪੋਸਟ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਐਕਟਰ 9ਵੇਂ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸਨ ਜਿਸ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ ਡਾਕਟਰਸ ਨੇ ਦੱਸਿਆ ਕਿ ਕਾਰਡੀਅਕ ਅਰੈਸਟ ਦੀ ਵਜ੍ਹਾ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਮੀਡੀਆ ਰਿਪੋਰਟਸ ਦੇ ਅਨੁਸਾਰ ਗਾਓ ਦਾ ਪਰਿਵਾਰ ਅਤੇ ਉਹਨਾਂ ਦੀ ਪ੍ਰੇਮਿਕਾ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹਨਾਂ ਦੇ ਦੇਹ ਨੂੰ ਤਾਈਵਾਨ ਲੈ ਕੇ ਜਾਇਆ ਜਾਵੇਗਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕੋਰੀਆਈ ਪੌਪ ਗਾਇਕਾ ਗੂ ਹਰਾ ਆਪਣੇ ਘਰ ਦੇ ਵਿੱਚ ਮ੍ਰਿਤ ਪਾਈ ਗਈ ਸੀ ਫਿਲਮੀ ਜਗਤ ਦੇ ਨਾਲ ਜੁੜੀਆਂ ਅੰਦਰ ਦੀਆਂ ਖਬਰਾਂ ਅਜਿਹੀਆਂ ਹੋਰ ਅਪਡੇਟਸ ਲਈ ਸਾਡੇ ਫੇਸਬੁੱਕ ਦੇ ਅਫੀਸ਼ੀਅਲ ਪੇਜ ਯੂਨਾਈਟਿਡ ਐਨਆਰਆਈ ਪੋਸਟ ਤੇ ਜਾ ਕੇ ਹੋਰ ਫਿਲਮੀ ਅਪਡੇਟਸ ਲੈ ਸਕਦੇ ਹੋ ਸੋ ਮੈਨੂੰ ਤੋਂ ਇਜਾਜ਼ਤ ਜਲਦੀ ਮਿਲਾਂਗੀ ਅਜਿਹੀਆਂ ਹੋਰ ਅਪਡੇਟਸ ਦੇ ਨਾਲ